ਦੀਨਾਨਗਰ ਦੇ ਬੱਸ ਸਟੈਂਡ ਤੇ ਵਿਧਾਇਕਾ ਅਰੁਣਾ ਚੌਧਰੀ ਨੇ ਲਹਿਰਾਇਆ ਤਿਰੰਗਾ ਝੰਡਾ। ਸਮੂਹ ਦੇਸ਼ ਵਾਸੀਆਂ ਨੂੰ 75ਵੇਂ ਗਣਤੰਤਰ ਦਿਵਸ ਦੀਆਂ ਦਿੱਤੀਆਂ ਮੁਬਾਰਕਾਂ। 75ਵੇਂ ਗਣਤੰਤਰ ਦਿਵਸ ਦੇ ਸ਼ੁਭ ਮੌਕੇ ਤੇ ਦੀਨਾਨਗਰ ਦੇ ਬੱਸ ਸਟੈਂਡ ਤੇ ਸਾਬਕਾ ਕੈਬਨਿਟ ਮੰਤਰੀ ਅਤੇ ਵਿਧਾਇਕਾ ਅਰੁਣਾ ਚੌਧਰੀ ਨੇ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕੀਤੀ ਅਤੇ ਸਮੂਹ ਦੇਸ਼ ਵਾਸੀਆਂ ਨੂੰ ਮੁਬਾਰਕਾਂ ਵੀ ਦਿੱਤੀਆਂ। ਇਸ ਮੌਕੇ ਤੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਸ਼ਹੀਦਾਂ ਨੂੰ ਯਾਦ ਕਰਦਿਆਂ ਦੇਸ਼ ਭਗਤੀ ਦੇ ਗੀਤ ਗਾਏ। ਅੰਤ ਵਿੱਚ ਮੁੱਖ ਮਹਿਮਾਨ ਵਿਧਾਇਕਾ ਅਰੁਣਾ ਚੌਧਰੀ ਅਤੇ ਸੀਨੀਅਰ ਕਾਂਗਰਸੀ ਨੇਤਾ ਅਸ਼ੋਕ ਚੌਧਰੀ ਵੱਲੋਂ ਵਿਦਿਆਰਥੀਆਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਨਿਊਜ਼ ਡੈਸਕ ਤੋਂ ਡਾਕਟਰ ਰਮੇਸ਼ ਰੰਗਲ ਦੀ ਖਾਸ ਰਿਪੋਰਟ। ਅੱਜ ਬਹੁਤ ਹੀ ਸ਼ੁਭ ਦਿਹਾੜਾ ਹੈ ਸਾਡੇ ਸਾਰਿਆਂ ਦੇ ਵਾਸਤੇ ਕਿ ਅਸੀਂ ਸ਼ਾਨਦਾਰ 74 ਸਾਲ ਪੂਰੇ ਕਰਕੇ 75ਵਾਂ ਗਣਤੰਤਰ ਦਿਵਸ ਬੜੇ ਧੂਮਧਾਮ ਨਾਲ ਮਨਾ ਰਹੇ ਹਾਂ। ਇਸ ਸ਼ੁਭ ਅਵਸਰ ਤੇ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ। ਨਾਲ ਹੀ ਨਾਲ ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਔਰ ਡਾਕਟਰ ਅੰਬੇਦਕਰ ਜੀ ਨੇ ਜਿਨ੍ਹਾਂ ਨੂੰ ਸਾਨੂੰ ਸੰਵਿਧਾਨ ਪ੍ਰਾਪਤ ਕਰਾਇਆ ਔਰ ਜਿਹਦੇ ਕਰਕੇ ਅਸੀਂ ਸਾਨੂੰ ਬਰਾਬਰੀ ਦਾ ਦਰਜਾ ਮਿਲਿਆ ਉਹਨਾਂ ਦੇ ਸ਼ਤ ਸ਼ਤ ਪ੍ਰਣਾਮ ਜੀ। ਔਰ ਅੱਜ ਦੇ ਦਿਹਾੜੇ ਜੀ ਸਾਡੇ ਸੈਨਾ ਦੇ ਨੌਜਵਾਨ ਔਰ ਦੇਸ਼ ਦੀ ਸੁਰੱਖਿਆ ਵਾਸਤੇ ਏਜੰਸੀਆਂ ਔਰ ਉੱਥੋਂ ਦੀ ਪੁਲਿਸ ਜਿਹੜੀ ਕਿ ਸਰਹੱਦਾਂ 'ਤੇ ਸਾਡੀ ਰੱਖਿਆ ਕਰਦੀ ਹੈ ਉਹਨਾਂ ਨੂੰ ਅੱਜ ਦੇ ਦਿਨ ਅਸੀਂ ਨਮਨ ਕਰਦੇ ਹਾਂ। ਔਰ ਜਿਹੜੇ ਸ਼ਹੀਦ ਹੋਏ ਦੇਸ਼ ਦੀ ਰੱਖਿਆ ਕਰਦੇ ਹੋਏ ਸਾਡੇ ਬਾਰਡਰਾਂ ਦੇ ਉੱਤੇ ਔਰ ਦੇਸ਼ ਦੀ ਆਜ਼ਾਦੀ ਦੇ ਵਾਸਤੇ ਜਿਨ੍ਹਾਂ ਨੇ ਆਪਣੀਆਂ ਜਾਨਾਂ ਨਿਛਾਵਤ ਕੀਤੀਆਂ ਉਹਨਾਂ ਨੂੰ ਵੀ ਅੱਜ ਅਸੀਂ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ। ਮਾਪੀ ਪੱਕਣ ਮਾਰਦਾ ਕਿਸੇ ਤੋਂ ਮਾਰਦਾ
ਤੇ ਪ੍ਰਧਾਨ ਜੀ ਇੱਥੇ ਪ੍ਰਧਾਨ ਜੀ ਸਾਡੇ ਘਰ ਤੋਂ ਹਾਂਜੀ ਇੱਧਰ ਦੇਖੋ ਜੀ ਪ੍ਰੇਮ ਬਣ ਜੇ ਆਦਰ ਆਓ ਚਲੋ ਭਾਜੀ ਰੱਖੋ ਜੀ ਪ੍ਰਧਾਨ ਸਾਹਿਬ ਹੱਥ ਰੱਖਿਓ ਅੱਜ 75ਵਾਂ ਗਣਤੰਤਰ ਦਿਵਸ ਮਨਾਇਆ ਗਿਆ ਕੀ ਕਹਿਣਾ ਚਾਹੀਦਾ ਜੀ ਅੱਜ ਹਿੰਦੁਸਤਾਨ ਦੇ 74 ਸ਼ਾਨਦਾਰ ਆਜ਼ਾਦੀ ਦੇ ਸਵਰੇ ਪੂਰੇ ਕਰਕੇ ਅੱਜ 75ਵੇਂ ਗਣਤੰਤਰ ਦਿਵਸ ਅਸੀਂ ਬਹੁਤ ਖੁਸ਼ੀਆਂ ਦੇ ਸਤਰਾਂ ਨਾਲ ਮਨਾ ਰਹੇ ਹਾਂ ਸੋ ਇੱਕ ਬਹੁਤ ਬੜਾ ਮੀਲ ਪੱਥਰ ਹੈ ਜਿਹੜਾ ਭਾਰਤ ਨੇ ਸਥਾਪਿਤ ਕੀਤਾ ਹੈ ਕਿ ਹਰ ਫੀਲਡ ਦੇ ਵਿੱਚ ਉਹਨਾਂ ਨੇ ਤਰੱਕੀ ਕੀਤੀ ਹੈ ਕੋਈ ਐਸਾ ਸਮਾਂ ਸੀ ਕਿ ਜਦੋਂ ਕਿ ਭਾਰਤ ਦੇ ਵਿੱਚ ਇੰਡੀਆ ਦੇ ਵਿੱਚ ਇੱਕ ਸੂਈ ਤੱਕ ਨਹੀਂ ਸੀ ਬਣਦੀ ਲੇਕਿਨ ਅੱਜ ਐਡੇ ਵੱਡੇ ਵੱਡੇ ਸਮੁੰਦਰੀ ਜਹਾਜ਼ ਔਰ ਹਰ ਫੀਲਡ ਦੇ ਵਿੱਚ ਚਾਹੇ ਸੈਨਾ ਹੋਏ ਚਾਹੇ ਉਹ ਕੋਈ ਪਬਲਿਕ ਸੈਕਟਰ ਹੋਏ ਉਹਦੇ ਵਿੱਚ ਬਹੁਤ ਬੜੀ ਕਾਮਯਾਬੀਆਂ ਹਾਸਿਲ ਕੀਤੀਆਂ ਨੇ ਔਰ ਹੁਣੇ ਪਿਛਲੇ ਦਿਨਾਂ ਦੇ ਵਿੱਚ ਜਿਵੇਂ ਚੰਦਰਮਾ ਅਤੇ ਚੰਦਰਯਾਨ ਲੈਂਡ ਕੀਤਾ ਗਿਆ ਦਕਸ਼ਿਨ ਸਾਈਡ ਦੇ ਉੱਤੇ ਉਹ ਇੱਕ ਬਹੁਤ ਵੱਡੀ ਉਪਲਬਧੀ ਸੀ ਕਿ ਸਾਰੇ ਦੇਸ਼ਾਂ ਨੇ ਇਸ ਚੀਜ਼ ਦਾ ਬੜੀ ਸ਼ਲਾਘਾ ਵੀ ਕੀਤੀ ਔਰ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਅੱਛੇ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਬੁਲੰਦੀਆਂ ਨੇ ਉਹਨਾਂ ਨੂੰ ਸਾਡਾ ਹਿੰਦੁਸਤਾਨ ਛੂਏਗਾ ਸੋ ਮੈਂ ਅੱਜ ਦੇ ਦਿਨ ਇਹ ਪ੍ਰਾਰਥਨਾ ਕਰਦੀ ਹਾਂ ਔਰ ਸ਼ੁਭਕਾਮਨਾਵਾਂ ਵੀ ਦਿੰਦੀ ਹਾਂ ਔਰ ਸਾਰਿਆਂ ਨੂੰ ਮੁਬਾਰਕਬਾਦ ਵੀ ਦਿੰਦੀ ਹਾਂ ਕਿ ਅਸੀਂ ਇਸੇ ਤਰ੍ਹਾਂ ਹੀ ਭਾਈਚਾਰੇ ਦੇ ਨਾਲ ਅੱਗੇ ਚੱਲਦੇ ਰਹੀਏ ਔਰ ਆਪਣਾ ਜੋ ਹੋ ਸਕਦਾ ਆਪਣੇ ਸੂਬੇ ਦੀ ਤਰੱਕੀ ਵਾਸਤੇ ਆਪਣੇ ਦੇਸ਼ ਦੀ ਤਰੱਕੀ ਵਾਸਤੇ ਆਪਣਾ ਯੋਗਦਾਨ ਪਾਈਏ ਮੈਨੂੰ ਦੇਖਣ ਜਾਂਦਾ ਕਿ ਜਿਹੜੇ ਸ਼ਹੀਦਾਂ ਨੇ ਸਾਨੂੰ ਇਹ ਦਿਹਾੜਾ ਜਿਹੜਾ ਮਨਾਉਣ ਦਾ ਸ਼ੁਭ ਅਵਸਰ ਭੇਟ ਕੀਤਾ ਉਹਨਾਂ ਸ਼ਹੀਦ ਦੇ ਪਰਿਵਾਰਾਂ ਨੂੰ ਅੱਜ ਜਿਹੜੀਆਂ ਮਤਲਬ ਕਿ ਸਰਕਾਰਾਂ ਵੱਲੋਂ ਪੂਰੇ ਸਹੂਲਤਾਂ ਨਹੀਂ ਨਹੀਂ ਦੇਖੋ ਜੋ ਸ਼ਹੀਦਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਨੇ ਉਹ ਤਾਂ ਉਹਨਾਂ ਨੂੰ ਮਿਲ ਰਹੀਆਂ ਨੇ ਲੇਕਿਨ ਅੱਗੇ ਕੁਛ ਜ਼ਰੂਰ ਰੁਕਾਵਟਾਂ ਨੇ ਉਹ ਸ਼ਾਇਦ ਆਉਣ ਵਾਲੇ ਸਮੇਂ 'ਚ ਅਤੇ ਸਰਕਾਰਾਂ ਦੇ ਕੰਮ ਨੇ ਆਉਣ ਵਾਲੇ ਸਮੇਂ ਦੇ ਵਿੱਚ ਸ਼ਾਇਦ ਉਹ ਪੂਰੀਆਂ ਹੋ ਜਾਣ ਸੋ ਮੈਂ ਇਹੀ ਸਰਕਾਰ ਨੂੰ ਵੀ ਗੁਜ਼ਾਰਿਸ਼ ਕਰਦੀ ਹਾਂ ਕਿ ਜੋ ਉਹਨਾਂ ਦੀਆਂ ਰਹਿੰਦੀਆਂ ਰਿਮਾਂਡਾਂ ਨੇ ਜੋ ਉਹਨਾਂ ਦੀਆਂ ਰਹਿੰਦੀਆਂ ਕੰਮ ਨੇ ਜਿਹੜੇ ਸ਼ਹੀਦਾਂ ਪਰਿਵਾਰਾਂ ਦਾ ਇੰਨਾ ਸਨਮਾਨ ਸਾਨੂੰ ਬਣਦਾ ਇਹੀ ਸੱਚੀ ਸ਼ਰਧਾਂਜਲੀ ਹੋਏਗੀ ਕਿ ਅਜਿਹੇ ਸ਼ਹੀਦ ਦੇ ਪਰਿਵਾਰਾਂ ਨੂੰ ਅਪਣਾਈਏ ਔਰ ਉਹਨਾਂ ਦੇ ਜਿਹੜੀਆਂ ਕਸ਼ਟ ਨੇ ਉਹਨਾਂ ਦੇ ਜਿਹੜੀਆਂ ਵੀ ਮੰਗਾਂ ਨੇ ਉਹਨਾਂ ਨੂੰ ਪੂਰੀਆਂ ਕਰੀਏ ਗਣਤੰਤਰ ਦਿਵਸ ਅਸੀਂ ਸੈਲੀਬ੍ਰੇਟ ਕੀਤਾ ਆਪਣੇ ਬੱਸ ਅੱਡੇ 'ਚ ਹਰ ਸਾਲ ਦੀ ਤਰ੍ਹਾਂ 26 ਜਨਵਰੀ 1950 ਨੂੰ ਤੁਹਾਨੂੰ ਪਤਾ ਸਾਡਾ ਸੰਵਿਧਾਨ ਲਾਗੂ ਹੋਇਆ ਸੀ ਹਿੰਦੁਸਤਾਨ 'ਚ ਉਸ ਸੰਵਿਧਾਨ ਮੁਤਾਬਕ ਹਿੰਦੁਸਤਾਨ ਨੂੰ ਗਣਰਾਜ ਡਿਕਲੇਅਰ ਕੀਤਾ ਗਿਆ ਸੀ ਡੈਮੋਕ੍ਰੇਸੀ ਬਹਾਲ ਹੋਈ 1952 ਤੋਂ ਰੈਗੂਲਰ ਇਲੈਕਸ਼ਨ ਚੱਲਦੇ ਆ ਰਹੇ ਨੇ ਲੋਕ ਰਾਜ ਸਥਾਪਿਤ ਹੋਇਆ ਅੱਜ ਹਿੰਦੁਸਤਾਨ ਦੇ ਵਿੱਚ ਜੋ ਸਾਨੂੰ ਆਜ਼ਾਦੀ ਹੈ ਹਰ ਤਰ੍ਹਾਂ ਦੀ ਇਹ ਸਾਡੇ ਸੰਵਿਧਾਨ ਦਾ ਦੀ ਦੇਣ ਹੈ ਇਹਦੇ ਨਿਰਮਾਤਾ ਡਾਕਟਰ ਬੀ ਆਰ ਅੰਬੇਦਕਰ ਜੀ ਨੂੰ ਵੀ ਅੱਜ ਦੇ ਦਿਨ ਯਾਦ ਕਰਨਾ ਬਹੁਤ ਜ਼ਰੂਰੀ ਹੈ ਔਰ ਮੈਂ ਸਮਝਦਾ ਕਿ ਇਹ ਇਸ ਸੰਵਿਧਾਨ ਦੀ ਹੀ ਸਾਰੀ ਕਲਾਮਾਤ ਹੈ
ਕਿ ਅੱਜ ਅਸੀਂ ਸਾਰੇ ਬੜੇ ਭਾਈਚਾਰਕ ਤੌਰ ਦੇ ਉੱਤੇ ਰਹਿ ਰਹੇ ਹਾਂ, ਹਿੰਦੂ ਮੁਸਲਿਮ ਸਿੱਖ ਈਸਾਈ ਕੋਈ ਕਿਸੇ 'ਚ ਭੇਦਭਾਵ ਨਹੀਂ, ਬਰਾਬਰਤਾ, ਬੋਲਣ ਦਾ ਅਧਿਕਾਰ ਹੈ, ਵਰਸ਼ਿਪ ਦਾ ਅਧਿਕਾਰ ਹੈ, ਰਾਈਟ ਟੂ ਇਕੁਐਲਿਟੀ ਹੈ, ਮਤਲਬ ਹਰ ਤਰ੍ਹਾਂ ਦੀ ਜਿਹੜੀ ਲਿਬਰਟੀ ਆ ਉਹ ਹਿੰਦੁਸਤਾਨ ਦੇ ਵਿੱਚ ਹੈ ਔਰ ਇਹਨੂੰ ਵਰਲਡ ਦੀ ਨੰਬਰ 1 ਡੈਮੋਕ੍ਰੇਸੀ ਮੰਨਿਆ ਗਿਆ। ਇਹ ਸਾਰੀ ਦੇਣ ਜਿਹੜੀ ਹੈ ਸਾਡੇ ਸੰਵਿਧਾਨ ਦੀ ਹੈ ਔਰ ਅੱਜ ਅਸੀਂ ਗਣਤੰਤਰ ਦਿਵਸ ਮਨਾ ਰਹੇ ਹਾਂ ਕਿ ਅੱਜ ਦੇ ਦਿਨ ਸਾਡਾ ਸੰਵਿਧਾਨ ਲਾਗੂ ਹੋਇਆ ਸੀ। ਮੈਂ ਆਪਣੇ ਸਾਰੇ ਦੀਨਾਨਗਰ ਨਿਵਾਸੀਆਂ ਨੂੰ ਔਰ ਸਾਰੇ ਪੰਜਾਬ ਨਿਵਾਸੀਆਂ ਨੂੰ, ਭਾਰਤ ਵਰਸ਼ ਨਿਵਾਸੀਆਂ ਨੂੰ ਬਹੁਤ ਬਹੁਤ ਮੁਬਾਰਕ ਦਿੰਦਾ।